ਜਲੰਧਰ ਬਸਤੀਂਦਾਰ ਸ਼ਮੰਦਾ ਚ ਇੱਕ 13 ਸਾਲਾ ਬੱਚਾ ਹਾਈ ਵੋਲਟੇਜ ਤਾਰਾਂ ਦੀ ਚਪੇਟ ਚ ਆਉਣ ਨਾਲ ਬੁਰੀ ਤਰ੍ਹਾਂ ਦੇ ਨਾਲ ਝੁਲਸ ਗਿਆ ਜਿਸ ਨੂੰ ਕਿ ਸਥਾਨਕ ਲੋਕਾਂ ਵੱਲੋਂ ਸਿਵਲ ਹਸਪੀਟਲ ਵਿੱਚ ਦਾਖਲ ਕਰਵਾਇਆ ਗਿਆ ਹੈ। ਦੱਸਦੇ ਕਿ 13 ਸਾਲਾ ਹਰਸ਼ ਸਿੰਘ 90% ਝੁਲਸ ਗਿਆ ਹੈ ਜੋ ਕਿ ਹਸਪੀਟਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਪੀੜਿਤ ਬੱਚੇ ਦੀ ਮਾਂ ਨੇ ਦੱਸਿਆ ਕਿ ਉਹ ਕਿਰਾਏ ਦੇ ਮਕਾਨ ਤੇ ਰਹਿੰਦੇ ਨੇ ਅਤੇ ਜਦੋਂ ਉਹਨਾਂ ਦਾ ਪੁੱਤ ਤਾਰਾਂ ਦੇ ਚਪੇੜ ਚ ਆਇਆ ਤਾਂ ਉਸ ਵੇਲੇ ਉਹ ਘਰ ਨਹੀਂ ਸੀ। ਨਾਮ ਰਾਣੀ ਆ। ਕਿੱਥੇ ਦੇ ਰਹਿਣ ਵਾਲੇ ਤੁਸੀਂ? ਮੈਂ ਪਿੰਡ ਗਾਖਲਾਂ ਦੇ ਲੱਗੇ ਪੁੱਲ ਤੇ ਰਹਿੰਦੀ ਆ ਗਾਖਲਾਂ ਦੇ ਤੇ। ਕੀ ਮਾਮਲਾ ਕੀ ਹੈ, ਕੀ ਹੋਇਆ? ਕੁਛ ਨਹੀਂ, ਮੈਂ ਘਰੇ ਨਹੀਂ ਸੀਗੀ, ਕੁੜੀਆਂ ਮੇਰੀਆਂ ਦੋ ਘਰੇ ਸੀ ਛੋਟੀਆਂ, ਉਹ ਭਾਂਡੇ ਧੋਂਦੀਆਂ ਸੀ। ਮੁੰਡਾ ਮਸ਼ੀਨ ਦੇ ਲਾਗੇ ਖੜਾ ਸੀ, ਉੱਤੋਂ ਤਾਰਾਂ ਸੀਗੀਆਂ, ਵਾਈਫਾਈ ਜਾਨੇ ਵੱਡੀਆਂ ਤਾਰਾਂ ਮੋਟੀਆਂ, ਉਹਨਾਂ ਦਾ ਪਟਾਕਾ ਬੋਲਿਆ, ਮੁੰਡੇ ਨੂੰ ਅੱਗ ਪੈ ਗਈ। ਕੀ ਫਸਟ ਫਲੋਰ ਤੇ ਸੀਗਾ ਤੁਸੀਂ? ਹਾਂਜੀ, ਫਸਟ ਫਲੋਰ ਤੇ ਹੀ ਤੁਸੀਂ। ਘਰ ਤੁਹਾਡਾ ਆਪਣਾ? ਨਹੀਂ ਜੀ, ਕਿਰਾਏ ਤੇ ਆ। ਕਿੰਨੀ ਦੇਰ ਤੋਂ ਰਹਿ ਦੇ ਕਿਰਾਏ ਤੇ? ਸਾਨੂੰ 8 ਦਿਨ ਹੋਏ ਹਨ। ਹਾਂ, ਕੀ ਕਿੱਦਾਂ ਹਾਦਸਾ ਕਿੱਦਾਂ ਹੋਇਆ? ਹਾਦਸਾ ਪਤਾ ਨਹੀਂ, ਉੱਪਰੋਂ ਕਹਿੰਦੇ ਪਟਾਕਾ ਹੀ ਬੋਲਿਆ ਬਸ, ਤਾਰਾਂ ਨਾਲ ਮੁੰਡੇ ਨੂੰ ਅੱਗ ਪੈ ਗਈ, ਲਾਗੇ ਮਸ਼ੀਨ ਸੀ, ਮਸ਼ੀਨ ਨੂੰ ਵੀ ਕਹਿੰਦੇ ਥੋੜੀ ਜਿਹੀ ਅੱਗ ਲੱਗ ਗਈ। ਕੀ ਨਾਮ ਆ ਬੇਟੇ ਤੁਹਾਡੇ ਦਾ? ਬੇਟੇ ਦਾ ਹਰਸ਼ ਸਿੰਘ ਹੈ। ਕਿੰਨੇ ਸਾਲ ਦਾ ਹੈ? 3 ਸਾਲ ਦਾ ਹੈ। ਮਕਾਨ ਲਿਆ ਸੀ, ਤੁਹਾਨੂੰ ਦੱਸਿਆ ਕਿ ਪੜ੍ਹਾਈ ਬੋਰਡ? ਨਹੀਂ, ਮੈਨੂੰ ਕੁਛ ਨਹੀਂ ਦੱਸਿਆ ਉਹਨਾਂ ਨੇ, ਉਹਨਾਂ ਨੇ ਕਿਹਾ ਸਮਾਨ ਰੱਖ ਲਓ, ਹੀ ਰੱਖ ਲਿਆ। ਤੁਹਾਨੂੰ ਮਕਾਨ ਕਿਹਨੇ ਲੈ ਕੇ ਦਿੱਤਾ ਜੀ? ਪਾਪੇ ਨੇ ਲੈ ਕੇ ਦਿੱਤਾ, ਉੱਥੇ ਜਿੱਥੇ ਜਾਣਾ ਪਾਪਾ ਆ। ਜਦੋਂ ਤੁਸੀਂ ਦੱਸਿਆ ਕਿ ਤੁਸੀਂ ਘਰ ਨਹੀਂ ਹੈਗੇ, ਇੱਥੇ ਹਸਪੀਟਲ ਕੌਣ ਛੱਡ ਕੇ ਗਿਆ ਤੁਹਾਡੇ ਬੱਚੇ? ਇਹ ਮਕਾਨ ਮਾਲਕ ਹੀ ਛੱਡ ਕੇ ਚਲੇ ਗਿਆ, ਮੈਂ ਆਈ ਹਾਂ, ਤੂੰ ਚਲੇ ਗਿਆ। ਕੀ ਨਾਮ ਉਹਨਾਂ ਦਾ? ਨਾਮ ਨਹੀਂ ਮੈਨੂੰ ਪਤਾ, ਮੈਂ ਪੁੱਛਿਆ ਨਹੀਂ। ਤੁਹਾਨੂੰ ਦੁਬਾਰਾ ਉਹਨਾਂ ਫੋਨ ਕਰਕੇ ਪੁੱਛਿਆ ਵੀ ਹਾਲ ਚਾਲ ਪੁੱਛਿਆ? ਮੈਂ ਕੀਤਾ ਫੋਨ, ਹੁਣ ਉਹਨਾਂ ਨੇ ਜਦੋਂ ਤੁਹਾਡੇ ਬੇਟੇ ਨੂੰ ਇੱਥੇ ਲੈ ਕੇ ਆਏ ਤੇ ਤੁਹਾਡੀ ਵੇਟ ਹੀ ਕੀਤੀ ਆਉਣ ਦੀ? ਨਹੀਂ, ਮੇਰੀ ਵੇਟ ਕੀਤੀ, ਮੈਂ ਬਾਹਰ ਨਿਕਲ ਗਈ ਆ, ਅੰਦਰ ਆ ਗਈ ਆ, ਤੋ ਬਾਹਰ ਨਿਕਲ ਗਿਆ ਫਟਾਫਟ। ਦੱਸ ਕੇ ਨਹੀਂ ਗਏ ਕਿ ਨਾਮ ਕੀ ਮਕਾਨ ਪਤਾ? ਮੈਂ ਪਤਾ ਨਹੀਂ, ਨਾਮ ਨਹੀਂ ਉਹਦਾ ਮੇਰੇ ਕੋਲ। ਹੁਣ ਕੀ ਮੰਗ ਕਰਦੇ ਆ ਤੁਸੀਂ? ਮੈਂ ਮੰਗ ਇਹ ਕਰਦੀ ਵੀ ਮੇਰੇ ਬੇਟੇ ਦੀ ਜਾਨ ਬਚਾਉਣੀ ਚਾਹੀਦੀ ਉਹਨਾਂ ਨੂੰ, ਜਿੱਦਾਂ ਉਹਨਾਂ ਦੇ ਕੋਠੇ 'ਤੇ ਤਾਂ ਅੱਗ ਲੱਗੀ, ਮੇਰੇ ਪੁੱਤ ਨੂੰ ਛੱਡ ਕੇ ਚਲੇ ਗਿਆ, ਤਾਂ ਉਦੋਂ ਬੜਾ ਮਾਰਦੀ ਦੇਖਿਆ ਤਾਂ ਕੋਨੇ ਉਹਨੇ। ਦੂਜੇ ਪਾਸੇ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਜਿਸ ਘਰ ਵਿੱਚ ਇਹ ਘਟਨਾ ਵਾਪਰੀ ਹੈ ਉਸ ਘਰ ਨੂੰ ਬਿਜਲੀ ਵਿਭਾਗ ਵੱਲੋਂ ਨੋਟਿਸ ਦਿੱਤਾ ਗਿਆ ਹੈ ਕਿ ਉਹ ਆਪਣਾ ਮਕਾਨ ਇਸ ਜਗ੍ਹਾ ਤੋਂ ਢਾ ਲੈਣ, ਕਿਉਂਕਿ ਉਹਨਾਂ ਦੇ ਘਰ ਦੀ ਛੱਤ ਤੋਂ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਗੁਜਰਦੀਆਂ ਨੇ ਜੋ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀ ਘਟਨਾ ਨੂੰ ਸੱਦਾ ਦੇ ਸਕਦੀਆਂ ਨੇ। ਲੇਕਿਨ ਘਰ ਦੇ ਮਾਲਕਾਂ ਨੇ ਬਿਜਲੀ ਵਿਭਾਗ ਦੀ ਇੱਕ ਨਾ ਸੁਣੀ, ਜਿਸ ਕਾਰਨ ਅੱਜ ਇੱਕ ਮਾਸੂਮ ਬੱਚਾ ਜ਼ਿੰਦਗੀ ਅਤੇ ਮੌਤ ਵਿਚਾਲੇ ਜੰਗ ਲੜ ਰਿਹਾ ਹੈ। ਇਹਦਾ ਲੈਂਟਰ ਲੂੰਟਰ ਸਾਰਾ ਸਮਾਨ ਸਮੂਨ ਸਾਰਾ ਸੜ ਗਿਆ ਸੀਗਾ, ਅਤੇ ਮੈਂ ਉਦੋਂ ਨਾ ਦਰਵਾਜ਼ਾ ਬੰਦ ਕਰ ਰਿਹਾ ਸੀ, ਮੈਂ ਗੇਟ ਨਾਲ ਚੰਬੜ ਗਿਆ ਸੀਗਾ, ਉਹਦੇ ਕਰਕੇ ਮੇਰਾ ਕਾਫੀ ਨੁਕਸਾਨ ਹੋ ਗਿਆ ਸੀਗਾ। ਮੇਰਾ 2 ਵਾਰੀ ਅੱਗੇ ਨੁਕਸਾਨ ਹੋ ਚੁੱਕਾ, ਅੱਜ ਥਰਡ ਟਾਈਮ ਕੀ ਹੋਇਆ ਵਾ। ਉਸ ਤੋਂ ਬਾਅਦ ਨਾ ਇਹ ਜਿਹੜਾ ਮਕਾਨ ਬਣਿਆ ਪਿਆ, ਇਹਨਾਂ ਨੂੰ ਵਾਰਨਿੰਗ ਦੇ ਕੇ ਗਏ ਸੀਗੇ ਵੀ ਤੁਹਾਡਾ ਮਕਾਨ ਤਾਰਾਂ ਦੇ ਥੱਲੇ, ਇਹਦੇ ਕਰਕੇ ਨੁਕਸਾਨ ਹੋ ਸਕਦਾ। ਜਿਹੜੇ ਐਸ ਡੀ ਓ ਸਾਹਿਬ ਨੇ ਉਹ ਵਾਰਨਿੰਗ ਦੇ ਕੇ ਗਏ ਸੀਗੇ, ਅਤੇ ਉਹਨਾਂ ਨੇ ਲਿਖਤੀ ਰੂਪ 'ਚ ਲਿਆ ਸੀਗਾ ਵੀ ਅਸੀਂ 15 ਦਿਨਾਂ 'ਚ ਮਕਾਨ ਢਾ ਦਾਂਗੇ। ਠੀਕ ਹੈ ਜੀ, ਉਹਨਾਂ ਨੇ ਵਾਰਨਿੰਗ ਦਿੱਤੀ 15 ਦਿਨਾਂ ਦੀ ਮਕਾਨ ਟਿਕਾਓ, ਪਰ ਇਹਨਾਂ ਨੇ ਕਿਹਾ ਵੀ ਇਹ ਸਾਡੇ ਕੋਲ ਥੋੜ੍ਹੀ ਆਰਥਿਕ ਹਾਲਤ ਸਾਡੀ ਠੀਕ ਨਹੀਂ, ਅਸੀਂ 30 ਦਿਨਾਂ 'ਚ ਹਟਾਵਾਂਗੇ ਮਕਾਨ ਸਾਰਾ। ਪਰ 30 ਦਿਨ ਤੋਂ ਅੱਜ ਘੱਟੋ ਘੱਟ ਵੀ ਉਸ ਗੱਲ ਨੂੰ ਵੀ ਕੋਈ 6 ਮਹੀਨੇ 1 ਸਾਲ ਹੋ ਗਿਆ ਮਕਾਨ ਹਜੇ ਤੱਕ ਬਣਿਆ ਪਿਆ, ਅਤੇ ਅੱਜ ਇੱਥੇ ਲੜਕਾ ਸੀਗਾ, ਇਹਨਾਂ ਨੇ ਕਮਰਾ ਨਾ ਕੋਠੇ 'ਤੇ ਕਿਰਾਏ 'ਤੇ ਦਿੱਤਾ ਪਿਆ। ਲੜਕਾ ਉੱਪਰ ਕਿਤੇ ਸੀਗਾ ਵਿਚਾਰਾ ਖੜਾ, ਉਹਨੂੰ ਸਾਰਾ ਤਾਰਾਂ ਨੇ ਖਿੱਚ ਲਿਆ, ਪੂਰੀ ਅੱਗ ਲੜ ਗਈ, ਲੜਕਾ ਵਿਚਾਰਾ ਸੜ ਕੇ ਇੱਥੇ ਤੜਫਦਾ ਰਿਹਾ ਕੋਠੇ 'ਤੇ। ਜੀ, ਅਤੇ ਕੋਈ ਹੋਸਪਿਟਲ ਵੀ ਲੈ ਗਏ, ਉੱਥੋਂ ਮੁਹੱਲੇ ਵਾਲੇ ਲੈ ਕੇ ਗਏ ਹੋਸਪਿਟਲ। ਹੁਣ ਤੁਹਾਡੇ ਮਨ ਕੀ ਹੋਈ, ਕੀ ਕਹਿਣਾ ਚਾਹੁੰਦੇ? ਕੀ ਹੈ ਜੀ, ਇੱਥੇ ਇਹ ਵੀ ਇੰਸੀਡੈਂਟ ਅੱਗੇ ਕਿੰਨੇ ਹੋ ਚੁੱਕੇ, ਤੀਜਾ ਚਾਂਸ ਹੋ ਗਿਆ। ਅਸੀਂ ਨਹੀਂ ਚਾਹੁੰਦੇ ਵੀ ਕੋਈ ਹੋਰ ਵੀ ਇੱਥੇ ਹੋਵੇ, ਕੋਈ ਇੰਸੀਡੈਂਟ, ਕੋਈ ਕਿਸੇ ਹੋਰ ਦਾ ਨਿਆਣਾ ਮਰੇ, ਬੱਚੇ ਸਾਰਿਆਂ ਦੇ ਸਾਂਝੇ ਆ ਜੀ, ਇਹਦਾ ਵੀ ਮਰੇ ਦੁੱਖ ਲੱਗਦਾ ਜੀ। ਇਸ ਕਰਕੇ ਮੇਰੀ ਕਾਰਵਾਈ ਇਹੀ, ਲੜਕਾ ਵਿਚਾਰਾ 11-12 ਸਾਲ ਦਾ ਲੜਕਾ ਜੀ, ਮੰਗ ਇਹੀ ਹੈ ਵੀ ਜੋ ਵੀ ਕਾਰਵਾਈ ਬੰਦੀ ਕੀਤੀ ਜਾਵੇ ਅਤੇ ਮਕਾਨ ਸਾਰੇ ਤਾਰਾਂ ਥੱਲੇ ਉਟਾਏ ਜਾਣ। ਆਪਣਾ ਨਾਮ ਬੋਲਦੇ ਹੋ? ਸਚਿਨ ਹੈ ਜੀ ਮੇਰਾ ਨਾਮ। ਠੀਕ ਹੈ, ਕਿਹੜੇ ਆ ਰਹੀ ਹੈ? ਹਾਂਜੀ, ਕਿਹੜਾ ਏਰੀਆ? ਕਿਹੜਾ ਏਰੀਆ? ਗ੍ਰੀਨ ਵੈਲੀ ਪੈਂਦਾ ਜੀ, ਓਪੋਜ਼ਿਟ ਬਲਵੰਤ ਬ੍ਰਦਰ ਫੈਕਟਰੀ। ਕੌਂਸਲਰ ਕੌਣ ਹੈ? ਕੌਂਸਲਰ ਕੌਣ? ਕੌਂਸਲਰ ਵਾਰਡ ਨੰਬਰ ਦੇ ਹਿਸਾਬ ਨਾਲ ਬਲਵੀਰ ਅੰਗਰਾਲ ਜੀ। ਉਹਨਾਂ ਨਾਲ ਗੱਲਬਾਤ ਕੀਤੀ ਹੋਈ ਕਦੇ ਇਸ ਬਾਰੇ? ਹਾਂ, ਹਰ ਵਾਰੀ ਮੈਟਰ ਪਤਾ ਉਹਨਾਂ ਨੂੰ ਸਾਰਾ। ਹਾਂਜੀ, ਹਰ ਵਾਰੀ ਸਾਰਾ ਮੈਟਰ ਉਹਨਾਂ ਦੇ ਧਿਆਨ ਦੇ ਵਿੱਚ ਹੈਗਾ, ਕਿਉਂਕਿ ਕੋਈ ਲਾਗੇ ਰੈਜੀਡੈਂਸ ਉਹਨਾਂ ਦੀ ਕੋਈ ਜ਼ਿਆਦਾ ਦੂਰ ਵੀ ਨਹੀਂ। ਲਾਸਟ ਟਾਈਮ ਵੀ ਹੋ ਕੇ ਗਏ ਸੀਗੇ, ਜਦੋਂ ਸਭ ਤੋਂ ਪਹਿਲੀ ਵਾਰੀ ਵੀ ਇੱਥੇ ਇੰਸੀਡੈਂਟ ਹੋਇਆ ਸੀਗਾ ਉਦੋਂ ਵੀ ਆਏ ਸੀਗੇ ਸਪੈਸ਼ਲ। ਜਲੰਧਰ ਤੋਂ ਵਿਨੇ ਸ਼ਰਮਾ ਦੀ ਰਿਪੋਰਟ। All World Open Challenge 17 time gold medalist Mia Rafiq Mohammed Pandit Maulvi Begum Tantrik inna chora thagga to savdan specialist Vashikaran satta number love marriage pati patni ch anban videsh ch pakka hona karobar da na chalna sirf 31 ghantiyan vich samadhan free 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 Mia Rafiq Mohammed mobile 84374 94647 84374 94648 ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੈਨਿਕ ਸੂਰਿਆ ਟਾਈਮਜ਼।